ਸਾਸਰੀਕਾਲ ਦੋਸਤੋ ਟ੍ਰੈਸ਼ਨ ਪੰਜਾਬੀ ਲਾਈਵ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਤੇ ਪੰਜਾਬ ਦੀ ਸਿਆਸਤ ਨਾਲ ਜੁੜੀ ਵੀਡੀਓ ਲੈ ਕੇ ਹਾਜ਼ਰ ਹਾਂ ਗੱਲ ਕਰਦੇ ਹਾਂ ਪੰਜਾਬੀ ਸਿੰਗਰ ਸਿੱਧੂ ਮਸੇਵਾਲਾ ਨਾਲ ਜੁੜੀ ਵੱਡੀ ਅਪਡੇਟ ਦੀ ਜਿਸ ਬਾਰੇ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਜਦੋਂ ਦੀ ਸਿੱਧੂ ਮਸੇਵਾਲਾ ਨੇ ਸਿਆਸਤ ਵਿੱਚ ਐਂਟਰੀ ਮਾਰੀ ਹੈ ਉਸ ਟਾਈਮ ਤੋਂ ਹੀ ਸਿੱਧੂ ਮਸੇਵਾਲਾ ਨੂੰ ਫੈਨਸ ਦੇ ਨਾਲ-ਨਾਲ ਆਪਣੇ ਐਂਟੀ ਪਾਰਟੀਆਂ ਦੇ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਸੁਖਬੀਰ ਬਾਦਲ ਦੀ ਮਾਨਸਾ ਵਿੱਚ ਰੈਲੀ ਸੀ ਜਿਸ ਦੌਰਾਨ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਸਿੱਧੂ ਮਸੇਵਾਲਾ ਬਾਰੇ ਵੀ ਕਾਫੀ ਸਵਾਲ ਪੁੱਛੇ ਗਏ ਜ ਜਾਮ ਸਾਬਤ ਹੁੰਦੇ ਹਨ ਤਾਂ ਉਹ ਸਿੱਧੂ ਮੂਸੇਵਾਲਾ ਨੂੰ ਜੇਲ੍ਹ ਵਿੱਚ ਭੇਜਣਗੇ ਤੁਸੀਂ ਵੀ ਦੇਖੋ ਸੁਖਬੀਰ ਬਾਦਲ ਦੀ ਉਹ ਵਾਇਰਲ ਹੋ ਰਹੀ ਵੀਡੀਓ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਕਿ ਸਿੱਧੂ ਹੁਣਾ ਵੱਲੋਂ ਵੀ ਕੀ ਜਵਾਬ ਆਇਆ ਨੂੰ ਕਿਉਂਕਿ ਉਹਦੇ ਗੈਂਗਸਟਰਾਂ ਨਾਲ ਲਿੰਕ ਸਾਬਤ ਹੋ ਗਏ ਤੇ ਨੂੰ ਡਰਾ ਕੇ ਉਹਨਾਂ ਨੇ ਕੀਤਾ ਪਰ ਜੇ ਲਿੰਕ ਸਾਬਤ ਹੋ ਜਾਣਗੇ ਐਵੇਂ ਹੀ ਉਹ ਸੋਚਦਾ ਹੈ ਕਿ ਮੈਨੂੰ ਕਾਂਗਰਸ ਪਚਾ ਲੂਗੀ ਨਾ ਕਾਂਗਰਸ ਪਚਾ ਸਕਦੀ ਦੋਸਤੋ ਅਸਖਬੀਰ ਬਾਦਲ ਦੀ ਇਸ ਵੀਡੀਓ ਤੋਂ ਬਾਅਦ ਸਿੱਧੂ ਹੁਣਾ ਵੱਲੋਂ ਵੀ ਮਾਨਸਾ ਇਲੈਕਸ਼ਨ ਲਈ ਬਣਾਏ ਪੇਜ ਮਾਨਸਾ ਦਾ ਸਿੱਧੂ ਦੀ ਇੱਕ ਪੋਸਟ ਹੁਣ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਲਿਖਿਆ ਹੈ ਕਿ ਸ਼ਾਜ ਤਾ ਬੋਲੇ ਸ਼ਾਨਣੀ ਕਿਉਂ ਬੋਲੇ ਉਹ ਵੀ 3600 ਛੱਕਾਂ ਵਾਲੀ ਇਸ ਦੇ ਨਾਲ ਹੀ ਹੱਸਣ ਵਾਲਾ ਇਮੋਜੀ ਵੀ ਸ਼ੇਅਰ ਕੀਤਾ ਗਿਆ ਦੋਸਤੋ ਹੁਣ ਇਹ ਪੋਸਟ ਸਿੱਧੂ ਮੁਸੇਵਾਲਾ ਦੇ ਹੋਰ ਵੀ ਫੈਨ ਪੇਜਾਂ ਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਦੇ ਨਾਲ ਹੀ ਦੋਸਤੋ ਸਿੱਧੂ ਮੁਸੇਵਾਲਾ ਨੇ ਆਪਣੇ ਹਲਕੇ ਦੇ ਵਿਕਾਸ ਦੀ ਸ਼ੁਰੂਆਤ ਕਰਦੇ ਹੋਏ ਮਾਨਸਾ ਜ਼ਿਲ੍ਹੇ ਦੇ ਖਿਆਲਾ ਕੈਂਚੀਆਂ ਪਿੰਡ ਨੂੰ ਵਿਕਾਸ ਕਾਰਜਾਂ ਲਈ ਵੀ ਰੁਪਏ ਦਾ ਚੈੱਕ ਵੀ ਦਿੱਤਾ ਗਿਆ ਤੇ ਉਹਨਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਉੱਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ ਬਾਕੀ ਤੁਹਾਡਾ ਇਸ ਸਭ ਉੱਪਰ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਅਪਡੇਟ ਸਭ ਤੋਂ ਪਹਿਲਾਂ ਪਾਉਣ ਲਈ ਚੈਨਲ ਟੈਸ਼ਨ ਪੰਜਾਬੀ ਲਾਈਵ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ